بسم اللہ الرحمن الرحیم اے تن میرا چشمہ ہوئے تے میں مرشد ویکھ نہ رجاں ہوں مرشد دا دیدار ہے باہو مینوں لکھ کروڑاں حجاں ہوں اج اسیں ایک پنڈ پنجاب دا چینل تے اجیہے بزرگاں دے نال حاضر ہاں جنہاں دی جنم بھومی جنہاں دا تعلق انڈیا توں ہے اور وہ ہجرت کر کے ایتھے پاکستان ਲੰਮੇ ਪਿੰਡ ਦੀ ਸਰਜ਼ਮੀਨ 'ਤੇ ਆ ਕੇ ਆਬਾਦ ਹੋਏ ਨੇ ਅੱਜ ਅਸੀਂ ਇਹਨਾਂ ਨਾਲ ਕੁਛ ਗੱਲਾਂ ਕਰਾਂਗੇ ਔਰ ਉਮੀਦ ਹੈ ਕਿ ਉਹਨਾਂ ਗੱਲਾਂ ਨੂੰ ਤੁਸੀਂ ਵੀ ਇੰਜੋਏ ਕਰੋਗੇ ਅਸਲਾਮੁ ਅਲੈਕੁਮ ਜੀ ਵਾਲੇਕੁਮ ਸਲਾਮ ਕੀ ਹਾਲ ਚਾਲ ਹੈ ਜੀ ਬਹੁਤ ਚੰਗਾ ਠੀਕ ਠਾਕ ਹੋ ਅੱਲਾ ਦਾ ਵਧੀਆ ਸ਼ੁਕਰ ਅੱਲਾ ਦਾ ਅੱਛਾ ਬਜ਼ੁਰਗੋ ਆਪਣਾ ਨਾਮ ਕੀ ਹੈ ਅਨੈਤੁੱਲਾ ਅਨੈਤੁੱਲਾ ਅਤੇ ਆਪਣੇ ਵਾਲਦ ਸਾਹਿਬ ਦਾ ਕੀ ਨਾਮ ਸੀ ਰਹਿਮਤ ਅਲੀ ਰਹਿਮਤ ਅਲੀ ਅਤੇ ਬਜ਼ੁਰਗੋ ਸਨ 1947 ਦੇ ਵਿੱਚ ਜਦੋਂ ਇਹ ਵਿਛੋੜੇ ਪਏ ਆ ਆਪਣੀ ਕਿੰਨੀ ਕੁ ਉਮਰ ਸੀ ਉਸ ਟਾਈਮ 12 ਸਾਲ ਦੇ ਸੀ ਤੁਸੀਂ ਤੇ ਕਿਹੜੇ ਜ਼ਿਲ੍ਹੇ ਤੋਂ ਆਪਣਾ ਤਾਲੁਕ ਸੀ ਹੁਸ਼ਿਆਰਪੁਰ
ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਕਿਹੜੀ ਸੀ? ਤਹਿਸੀਲ ਵੀ ਹੁਸ਼ਿਆਰਪੁਰ। ਤਹਿਸੀਲ ਵੀ ਹੁਸ਼ਿਆਰਪੁਰ ਅਤੇ ਪਿੰਡ ਕਿਹੜਾ ਸੀ ਆਪਣਾ? ਤਲਵੰਡੀ ਆਪਣੇ 84 ਤਲਵੰਡੀ ਰੇਤਿਆਂ ਦੀ, ਤਲਵੰਡੀ ਰੇਤਿਆਂ ਦੀ। ਹਾਂ, ਸ਼ਾਮ 84 ਪਿੰਡ ਸੀ, ਨਾਲ ਸ਼ਹਿਰ ਸੀ। ਠੀਕ, ਸ਼ਾਮ 84 ਨਾਲ ਸ਼ਹਿਰ ਸੀ। ਉੱਥੋਂ 3 ਸਾਲਾਂ। ਠੀਕ, ਅਤੇ ਆਪਣੇ ਕੀ ਬਰਾਦਰੀ ਕੀ ਹੈ ਤੁਹਾਡੀ? ਅਰਾਈ। ਅਰਾਈ ਬਰਾਦਰੀ ਹੈ। ਕੋਈ ਗੋਤ ਦੱਸ ਸਕਦੇ ਹੋ? ਗੋਤ ਕੀ? ਗੋਤ ਸਾਡੀ ਰੇਤੇ। ਅੱਛਾ, ਠੀਕ ਹੈ, ਗੋਤ ਵੀ ਹੈ। ਅਤੇ ਬਜ਼ੁਰਗੋ, ਆਪਣੇ ਆਲੇ ਦੁਆਲੇ ਦੇ ਇਲਾਕਿਆਂ ਦੇ ਕੋਈ ਨਾਮ ਨੂੰ ਪਤਾ ਤੁਹਾਨੂੰ? ਕਿਹੜੇ ਕਿਹੜੇ ਪਿੰਡ ਦੀ ਆਲੇ ਦੁਆਲੇ? ਸਾਡੇ ਨਾਲ ਸਿੱਖਾਂ ਦੇ ਪਿੰਡ ਦੀ ਦੋ, ਇੱਕ ਧਾਮੀਆਂ ਸੀ, ਇੱਕ ਪਟੋਰੀ ਸੀ। ਠੀਕ ਹੈ, ਅਤੇ ਦੂਜੇ ਪਾਸੇ ਹੈਗਾ ਮੁਸਲਮਾਨ ਦੇ ਪਿੰਡ ਹੈ। ਅੱਛਾ, ਉਹ ਇੱਕ ਤਾਂ ਅੰਬਰਿਆਲ ਇੱਦਾਂ ਨਾਂ ਸੀ, ਨੂਰਪੁਰ, ਕੋਜੇ, ਕੋਲਾ। ਠੀਕ ਹੈ, ਸੂਸਾਂ। ਅੱਛਾ, ਇਹ ਸੂਸਾਂ ਸਿੱਖਾਂ ਦਾ ਪਿੰਡ। ਸੂਸਾਂ, ਠੀਕ ਹੈ, ਸਿੱਖਾਂ ਦਾ ਪਿੰਡ ਸੀ। ਜ਼ਿਆਦਾ ਅਕਸਰੀਅਤ ਮਤਲਬ ਆਲੇ ਦੁਆਲੇ ਸਿੱਖ ਬਰਾਦਰੀ ਦੀ ਜ਼ਿਆਦਾ ਸੀ? ਜ਼ਿਆਦਾ ਸੀ, ਸਾਡੇ ਲਾਗੇ ਜ਼ਿਆਦਾ ਸੀ। ਅਤੇ ਤੁਹਾਡਾ ਪਿੰਡ ਸਾਰਾ ਰਾਈਆਂ ਦਾ ਸੀ? ਸਾਡਾ ਪਿੰਡ ਸਾਰਾ ਰਾਈਆਂ ਦਾ, ਕੋਈ ਹੋਰ ਬਰਾਦਰੀ? ਹੋਰ ਬਰਾਦਰੀ ਕੋਈ ਨਹੀਂ ਸੀ ਬੈਠੀ, ਸਿਰ ਚਮਾਰ ਬੈਠੀ ਸਾਡੇ। ਰਹਿਤ ਬਹਿਤ ਕਿੱਦਾਂ ਦੀ ਸੀ? ਬਹੁਤ ਸੋਹਣੀ, ਸੋਹਣਾ ਮਤਲਬ ਰਹਿਣ ਸਹਿਣ ਅਮਨ ਨਾਲ ਵੱਸਦੇ ਸੀ। ਸਹੀ ਆ, ਅਮਨ ਅਮਾਨ ਨਾਲ ਵੱਸਦੇ ਸੀ। ਖੂਹ ਲੱਗੇ ਹੁੰਦੇ, ਪਾਣੀ ਨਹਿਰ ਹੀ ਹਾਰੀ ਸੀ। ਅੱਛਾ, ਖੂਹਾਂ ਦੀ ਵਾਈ ਸੀ? ਖੂਹਾਂ ਦੀ ਵਾਈ ਸੀ, ਖੂਹਾਂ ਦੀ ਵਾਈ। ਬੋਤੇ ਜੋੜਦੇ ਸੀ ਜਾਂ ਬੋਲਦੇ? ਬੋਤੇ ਵੀ ਜੋੜਨੇ, ਜ਼ਿਆਦਾ ਬੋਲਦਾ ਨਹੀਂ। ਅੱਛਾ, ਅਤੇ ਉਹ ਜੇ ਜ਼ਮੀਨ ਜ਼ਮੂਨ ਕਿੱਦਾਂ? ਚੰਗੀ? ਬਹੁਤ ਚੰਗੀ ਜ਼ਮੀਨ ਸਾਡੀ, ਭਾਰੀ ਜ਼ਮੀਨ ਸੀ। ਅੱਛਾ, ਬੜੀ ਫਸਲ ਹੁੰਦੀ ਸੀ। ਕਿਹੜੀ ਕਿਹੜੀ ਜ਼ਿਆਦਾ ਫਸਲ ਤੁਸੀਂ ਬੀਜ? ਕਮਾਦ ਬੀਜਦੇ ਜ਼ਿਆਦਾ। ਅੱਛਾ, ਜ਼ਿਆਦਾ ਕਮਾਦ ਬੀਜਦੇ? ਹਾਂ, ਸਾਡੇ ਕਿਹੜਾ ਬੀਜ ਬੀਜਦੇ ਸੀ ਜ਼ਿਆਦਾ? ਉਹਦਾ ਸੀਗਾ ਇੰਡੀਆ ਉਹ। ਇੰਡੀਆ? ਨਹੀਂ, ਇੰਡੀਆ ਨਹੀਂ, ਕੀ ਰੀਠਾ ਸੀ ਉਹਨੂੰ ਕਹਿੰਦੇ, ਦੇਸੀ ਰੀਠਾ। ਹਾਂ ਹਾਂ ਹਾਂ, ਠੀਕ ਹੈ। ਅਤੇ ਅੱਛਾ ਬਜ਼ੁਰਗੋ, ਕੋਈ ਯਾਦ ਆ ਕਿ ਜਦੋਂ ਵਿਛੋੜੇ ਪਏ ਆ ਅਤੇ ਕਿੱਦਾਂ ਤੁਸੀਂ ਉੱਥੋਂ ਉੱਠੇ ਅਤੇ ਕੀ ਐਲਾਨ ਹੋਏ ਆ ਜਾਂ ਕੋਈ ਹਮਲੇ ਹੁਮਲੇ ਹੋਏ? ਹਮਲੇ ਬਹੁਤ ਹੋਏ ਉਸ ਦਿਨ, ਲਗਾਂ ਸੁਣਾਉਣਾ। ਸਾਡੇ ਲਾਗੇ ਜਿਹੜੀ ਧਾਮੀਆਂ ਪਿੰਡ ਸੀ ਨਾ, ਹਮਲਾ ਉੱਥੋਂ ਉੱਠਦਾ ਸੀ ਉਹਨਾਂ ਦਾ। ਠੀਕ, ਧਾਮੀ ਪਿੰਡ ਸੀ ਤੁਹਾਡੇ ਲਾਗੇ? ਧਾਮੀਆਂ ਇੱਦਾਂ ਦੋ ਤਿੰਨ ਨੰਬਰ ਬਾਅਦ, ਦੋ ਤਿੰਨ ਨੰਬਰ ਸਿੱਖਾਂ ਦਾ ਪਿੰਡ। ਆਪਣੇ ਭਾਈ ਸਾਵਲ ਧਾਮੀ ਜਿਹੜੇ ਆ ਉਹ ਵੀ ਸਾਡੇ ਵਾਂਗੂ ਹੀ ਇੱਦਾਂ ਹੀ ਚੈਨਲ 'ਤੇ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ, ਅਤੇ ਉਹਨਾਂ ਦੇ ਪਿੰਡ ਦਾ ਨਾਂ ਹੈ ਧਾਮੀ। ਅੱਛਾ, ਉਹ ਧਾਮਿਆਂ ਦੇ ਨਾਲ ਸੀ ਪਟੋਰੀ, ਇਹਦੇ ਪਾਸੇ ਸਿੱਖਾਂ। ਅੱਛਾ, ਪਟੋਰੀ ਨਾਲ ਹੀ ਸੀ ਉਹਦੇ? ਠੀਕ ਹੈ, ਇਹ ਦੋਨੋਂ ਪਿੰਡ ਸਿੱਖਾਂ ਦੇ ਸਾਡੇ ਪਰ। ਅੱਛਾ, ਉਹਨੇ ਹਮਲਾ ਕਰਦੇ ਧਾਮੀਆਂ ਤੋਂ ਉੱਠਦੇ ਸੀ ਉਹ। ਅੱਛਾ, ਧਾਮੀਆਂ ਤੋਂ ਹਮਲਾ ਕਰਦੇ ਸੀ? ਹਾਂ, ਉੱਥੋਂ ਉੱਠਦੇ ਸੀ, ਉਹ ਸਾਡੇ ਸਾਹਮਣੇ ਸੀ ਇੱਦਾਂ, ਪਟੋਰੀ ਸਾਈਡ ਨੂੰ ਸੀ। ਠੀਕ ਹੈ, ਪਹਿਲਾਂ ਹਮਲਾ ਉਹਨੇ ਕੀਤਾ। ਅੱਛਾ, ਰੋਕਿਆ ਸਾਡੇ ਬੰਦੇ ਨੇ, ਨਹੀਂ ਹੁਣ ਤਾਂ ਕੁਛ। ਠੀਕ ਹੈ, ਦੂਆ ਹਮਲਾ ਫਿਰ ਕੀਤਾ ਉਹਨੇ, ਫਿਰ ਅਸੀਂ ਇੱਕ ਉਹਨਾਂ 5-7 ਬੰਦੇ ਮਾਰੇ। ਇੱਕ ਜਿਹੜਾ ਜਾਵਰ ਸੀ ਨਾ, ਉਹ ਮਾਰਿਆ, ਫਿਰ ਹੁਣ ਮੰਗਿਆ ਸੀ। ਕੀ ਨਾਮ ਕੀ ਸੀ ਉਹਦਾ? ਮਹਿੰਗਾ, ਮਹਿੰਗਾ ਸਿੰਘ। ਹਾਂ, ਮਹਿੰਗਾ ਸਿੰਘ। ਠੀਕ ਹੈ, ਉਹ ਜਿਹੜਾ ਸੀ ਹੁਣ ਸਾਡੇ ਪਿੰਡ ਦਾ ਫੌਜੀ ਬੰਦਾ, ਸਾਡੇ ਚਾਚਾ ਲੱਗਦਾ ਸੀ, ਉਹਦਾ ਘੋਲ ਮੰਗਿਆ ਸੀ, ਮੈਂ ਇਹਦੇ ਨਾਲ ਲੜਨਾ ਇਕੱਲੇ ਨਾਲ। ਠੀਕ ਹੈ, ਉਹ ਫਿਰ ਖਰਾਸ ਸੀ, ਉਹ ਦੁਆਲੇ ਦਾ ਪਏ ਘੁੰਮਣ, ਉਹ ਵੀ ਉਹਨੂੰ ਆਪਣੇ ਬੰਦੇ ਸਾਰੀ ਖੜੇ ਕਰਤੇ, ਮੈਂ ਕਿਹਾ ਕੋਈ ਨਾ ਹਿੱਲਿਓ। ਪਿੰਡ ਦੇ ਵਿੱਚ ਵੱਡੇ ਸੀ। ਅੱਛਾ, ਇੱਕ ਸਾਈਡ 'ਤੇ, ਅਤੇ ਸਾਡਾ ਬੰਦਾ ਫੌਜੀ ਖਰਾਸ ਸੀ, ਦੁਆਲੇ ਘੁੰਮਣ ਲੱਗ ਪਏ। ਉਹਦੇ ਕੋਲ ਹਥਿਆਰ ਸੀ, ਤਲਵਾਰ, ਬਰਛੀ, ਇੱਕ ਦੋ ਹੋਰ, ਇਹੀ ਦੇਸੀ ਹਥਿਆਰ ਹੀ ਸੀਗੇ, ਉਹਨੂੰ ਕੋਈ ਚਾੜੀ ਸੀ ਅਤੇ। ਠੀਕ ਹੈ, ਸਾਡੇ ਬੰਦੇ ਕੋਲ ਪਿਸਤੌਲ ਸੀ, ਫੌਜੀ ਰਿਹਾ ਸੀ, ਜਪਾਨ ਦੀ ਕੈਦ ਕੱਟ ਕੇ ਆਇਆ ਸੀ। ਅੱਛਾ, ਮਸ਼ਹੂਰ ਸੀ ਬੰਦਾ ਗੁਲਾਮ ਵੀ ਉਹਦੇ ਨਾਲ। ਹੁਣ ਕਿ ਆ ਜਾ, ਫਿਰ ਆ ਜਾ, ਖਰਾਸ ਦੁਆਲੇ ਘੁੰਮਣ ਲੱਗ ਪਏ। ਅੱਛਾ, ਹੁਣ ਗੋਲੀ ਮਾਰੀ ਹੋਈ ਲੱਗੀ ਸੀਨੇ 'ਤੇ। ਠੀਕ ਹੈ, ਹੁਣ ਚਾੜੀ ਲੋਹੀ ਮਹਿੰਗੇ ਸਿੰਘ ਦੇ। ਹਾਂ, ਹੁਣ ਜੋ ਲੋਹੀ ਜਰਸੀ ਚਾੜੀ ਸੀ, ਉਹ ਟਾਂਡ ਦੇਣੀ ਹੋਈ, ਹੁਣ ਕਹਿਣ ਜਰਸੀ, ਹੁਣ ਦੂਈ ਗੋਲੀ ਮਾਰੀ ਇੱਥੇ ਲੱਗੇ, ਅਲੱਗ ਕੇ ਸੜਕ, ਹੈਂ, ਦੋ ਮਾਰੀਆਂ, ਤਿੰਨ ਮਾਰੀਆਂ, ਬਾਕੀ ਉਹਨੇ ਬੰਨੇ ਨੱਠ ਗਏ, ਬੰਦੇ ਭੱਜ ਗਏ, ਭੱਜ ਗਏ, ਭੱਜੇ ਜਾਂਦੇ 5-7 ਮਾਰੇ ਸਾਡੇ ਬੰਦਿਆਂ ਨੇ। ਫਿਰ ਹਮਲਾ ਕਈ ਜ਼ਰੂਰ, ਜਿਹੜੀ ਉਹ ਹਮਲਾ ਕਰਨ ਤੋਂ ਪਹਿਲਾਂ ਉੱਥੇ ਮਿੱਥ ਲਿਆ ਵੀ ਆ ਜਾ ਭਾਈ, ਪਹਿਲਾਂ ਮੁਕਾਬਲਾ ਹੋ ਜਾਵੇ, ਫਿਰ ਬਾਅਦ 'ਚ ਕਰੀ ਹਮਲਾ, ਅਤੇ ਉਹ ਫਿਰ ਨਹੀਂ ਇੱਦਾਂ ਹੋ ਸਕੇ। ਫਿਰ ਦੂਆ ਹਮਲਾ ਉਹਨੇ ਕੀਤਾ, ਡੇਰ ਵਾਸ ਮਹੀਨਾ ਨਹੀਂ ਹਿੱਲੇ, ਫਿਰ ਹਮਲਾ ਉਹਨੇ ਬਹੁਤ ਜ਼ੋਰ ਕੀਤਾ। ਜਦੋਂ ਬਹੁਤ ਜ਼ੋਰ ਕੀਤਾ, ਸਾਡੇ ਲਾਗੇ ਸੀ ਨੰਦਾ ਚੌਰ ਪਿੰਡ, 4 ਮੀਲਾਂ 'ਚ ਆਉਣਾ ਵੀ, ਹੈ, ਉਹ ਹਮਲਾ ਉਹਨੇ ਕੀਤਾ, ਵਿੱਚੇ ਪੁਲੀਸ ਉਹਨਾਂ ਦੀ, ਵਿੱਚੇ ਬਹੁਤ ਦੁਨੀਆ ਸੀ, ਉਹ ਜੀ ਕੋਈ 1000 ਸਾਲ ਬੰਦਾ ਚੜਿਆ। ਅੱਛਾ, ਫਿਰ ਉਹ ਵਾਕਿਆ ਤੋਂ ਬਾਅਦ ਫਿਰ, ਹਾਂ, ਜ਼ਾਹਰੀ ਗੱਲ ਆ, ਬਦਲਾ ਵੀ ਤਾਂ ਫਿਰ ਲੈਣਾ ਹੁੰਦਾ। ਉਹ 1000 ਤੋਂ ਬਾਅਦ ਬੰਦਾ ਜਦੋਂ ਚੜਿਆ, ਅਤੇ ਸਾਡੇ ਨੰਦਾ ਚੌਰ ਨੇ ਹਕੂਮਤ ਨੇ ਫੌਜ ਦਿੱਤੀ ਸੀ, ਉਹ ਸੀ ਜੈਲਦਾਰ, ਉਹਨੂੰ 4 ਕੇ ਸਿਪਾਹੀ ਦਿੱਤੇ ਸੀ ਤੇਰੀ ਰਾਖੀ ਵਾਸਤੇ। ਸਹੀ, ਹੁਣ ਕਿਹਾ ਸੀ ਸਾਡੇ ਪਿੰਡ ਦਾ ਸੀਗਾ ਯਾਰ, ਹੁਣ ਕਿਹਾ ਜੇ ਭਾਰੀ ਪਵੇ ਤਾਂ ਉਹਨੇ ਸੁਨੇਹਾ ਕਰਨਾ, ਸੁਨੇਹਾ ਘਲਾ ਦਿਓ, ਮੇਰਾ ਹੀ ਚਾਚਾ ਘੋੜੇ ਦੇ ਗਿਆ ਫਿਰ, ਐਂ ਜੀ, ਇਹਦੀ ਸਿੱਖਾਂ ਦੇ ਪਿੰਡ ਸੀ ਨਾ, ਉਹਨੂੰ ਜਾ ਕੇ ਦੱਸਿਆ ਵੀ ਉਹ ਵੇਲੇ ਪਿੰਡੋਂ ਚੜ੍ਹ ਪਏ ਸੀ ਆਪਣੇ, ਠੀਕ ਹੈ, ਆਉਂਦੇ ਸੀ ਬੜੇ ਮਜ਼ੇ ਨਾਲ, ਸ਼ਰਾਬਾਂ ਪੀਤੀਆਂ, ਮਜ਼ੇ ਨਾਲ ਮਸਤ,
ਇਹ ਘੋੜੇ ਦੀ ਗਿਆ 4 ਮੀਲ ਉਹਨੂੰ ਜਾ ਕੇ ਦੱਸਿਆ, ਉਹਨੂੰ ਕਿਹਾ ਮੇਰੇ ਭਾਈ ਬਚਾ ਲਾ ਅੱਜ। ਇੱਕ ਜਮਾਦਾਰ ਸੀ, ਦੋ ਤਿੰਨ ਸਫਾਈ, ਹੁਣ ਲੈ ਨਾਲ ਦੋ ਥੇਲੇ ਗੋਲੀਆਂ ਸਿੱਟੇ ਉਹਨੂੰ ਜੀਪ 'ਚ, ਠੀਕ ਹੈ, ਉਹ ਜੇ ਘੋੜਾ ਕਿਉਂ ਉਹਦੀ ਲੈ ਮਗਰ। ਅੱਛਾ, ਪਿੰਡ ਲਿਆ ਕੇ ਹੁਣ ਜੀਪ ਬੰਦ ਕਰਤੀ, ਅਜੇ ਉਹ ਆਪਣੇ ਵਸੀਮੇ 'ਤੇ ਆਏ ਆ ਹੌਲੀ ਹੌਲੀ। ਸਹੀ, ਉਹ ਘੋੜਾ ਫਿਰ ਕੇ ਵੀ ਜਾਓ ਮੇਲਾ ਤੋਂ ਆ ਗਿਆ, ਜੀਪ ਵੀ ਆ ਗਈ। ਇਹਦੇ ਲਈ ਪਾਸੇ ਸਾਡੇ ਪਿੰਡ ਦੇ ਕਬਰਾਂ ਸੀ ਨਾਲ, ਠੀਕ ਹੈ, ਕਬਰਾਂ ਦੇ ਵਿੱਚ ਇੱਕ ਬੇਰੀ ਸੀ ਬਹੁਤ ਭਾਰੀ। ਅੱਛਾ, ਉਹ ਡੀਲ ਬੰਦੇ ਜੀ ਨੂੰ ਚੀਜ਼ ਦੇਖ ਕੇ ਬੰਦੇ ਜੀ ਨਹੀਂ ਸੀ। ਵਾਹ ਜੀ ਵਾਹ। ਉਹ ਕਹਿੰਦਾ ਜਿਹੜਾ ਬਿਰਿਆਨਗਾ ਨਾਲ, ਕਹਿੰਦਾ ਮੇਰਾ ਮੋਰਚਾ ਇਹ ਗਿਆ, ਉਹਨੂੰ ਮੋਰਚਾ ਬਣਿਆ ਬਣਿਆ ਲੱਭ ਗਿਆ ਜੀ। ਜਿਹੜੇ ਸਿਪਾਹੀ ਦੋ ਨੂੰ ਕਹਿੰਦਾ ਇੱਥੇ ਕਹੋ ਦੱਸਦੇ ਚੱਲ ਜਾਏ ਕਹਦੇ, ਕਹਿੰਦਾ ਹੁਣ ਸਾਡੇ ਪਿੰਡ ਦੇ ਬੰਦੇ ਕਹਿੰਦੇ 30 ਹੋਣਗੇ, ਕਹਿੰਦਾ ਨਾਰਾ ਮਾਰੋ ਉੱਥੇ ਖੜੇ ਹੋਏ, ਖੇਤੀ ਕੰਮ ਨਿਬੇੜ ਦੀ, ਠੀਕ ਹੈ, ਇਹ ਨਹੀਂ ਮਾਰ, ਕਹਿੰਦਾ 30 ਨਾਰਾ ਮੇਰੇ ਪਿੱਛੇ ਲੰਮੇ ਪੈ ਕੇ ਮਾਰਨਾ, ਠੀਕ ਹੈ। ਜੋ 30 ਨਾਰੇ ਦੀ ਗੱਲ ਆਈ ਆ, ਉਹ ਪਹਿਲੇ ਨਾਰੇ ਲੱਗ ਗਿਆ ਵੈ ਛਾਂ ਮਾਰਦੇ ਹੁਣ, ਕਿਆ ਬਾਤ, ਜੋ ਦੂਆ ਨਾਰਾ ਬਿਲਕੁਲ ਸਕੂਲ ਦੇ ਨੇ ਲੱਗਾ, ਠੀਕ ਹੈ, ਹੁਣ ਕਿਹਾ ਲੰਮੇ ਪੈ ਜਾ ਪਿੱਛੇ, ਹੁਣ ਫਿਰ ਦੱਬਿਆ ਘੋੜਾ, ਸਵਾਂ ਬਚਾਈਆਂ ਵੇ ਪੂਰੀਆਂ ਸਵਾਂ ਬਚਾਤੀਆਂ, ਠੀਕ ਹੈ। ਇੰਨੀ ਸਿੱਖ ਮਰੇ, 3 ਦਿਨ ਲਾਸ਼ ਚੱਕਦੇ, 3 ਦਿਨ ਲਾਸ਼ਾਂ ਖੂਹ ਭਰਦੇ ਸੀ, ਹਮਲਾ ਕਰਨ ਆਏ ਜਿਹੜੇ, ਹਮਲਾ ਫਿਰ ਅਮਰ ਰਿਹਾ, ਠੀਕ ਹੈ, ਜੋ ਮੀਨਾ ਕੁਛ ਦਿਨ ਕੋ ਮੀਨਾ ਖੰਡ ਅਮਰ ਮਾਰ ਰਿਹਾ, ਠੀਕ ਹੈ, ਫਿਰ ਉਹਨੇ ਹਮਲਾ ਕੀਤਾ, ਉਸ ਹਮਲੇ ਸਾਨੂੰ ਉੱਥੇ ਜਾ ਰਿਹਾ ਉਹਨੇ, ਫਿਰ ਭਾਰਾ ਕੀਤਾ, ਸਾਡੇ ਤੋਂ ਉੱਧਰ ਜਾਣਾ ਆਇਆ, ਹੁਣ ਦੱਸਣਾ ਉਹਨੇ ਫਿਰ ਵੀ ਵੱਜ ਜਾਣਾ ਸੀ, ਫਿਰ ਉਹਨੇ ਸਾਡੇ ਬੰਦੇ ਹੀ ਮਾਰੇ, ਬੁੜੀਆਂ ਹੀ ਮਾਰੀਆਂ, ਉੱਥੋਂ ਪਿੰਡੋਂ ਨਿਕਲ ਗਏ। ਉਹ ਫਿਰ ਗੱਲ ਵੱਧ ਗਈ ਨਾ ਜੀ, ਫਿਰ ਉਹਨਾਂ ਨੇ ਫਿਰ ਠੀਕ ਹੈ, ਲਾਗੇ ਸ਼ਾਮ ਆ ਗਏ ਉੱਜੜ ਕੇ, ਠੀਕ ਹੈ, ਉੱਥੋਂ ਫਿਰ ਕੈਂਪਾਂ 'ਚ ਆ ਗਏ, ਉੱਥੋਂ ਫਿਰ ਕੈਂਪਾਂ 'ਚ ਬਹਿ ਗਏ ਤੁਸੀਂ, ਕੈਂਪਾਂ 'ਚ ਰੋਲਦੇ ਭੁੱਖੇ ਰਹਿ। ਕੈਂਪ ਕਿਹੜੇ ਕੈਂਪ 'ਚ ਆਏ ਸੀ ਤੁਸੀਂ ਸਭ ਤੋਂ ਪਹਿਲਾਂ? ਸਭ ਤੋਂ ਪਹਿਲੇ ਇੱਕ ਨਰਾਲੇ ਕੈਂਪ ਸੀ, ਨਰਾਲੇ, ਹਾਂ, ਠੀਕ ਹੈ, ਇੱਕ ਜਲੰਧਰ ਹੁਸ਼ਿਆਰਪੁਰ ਦੇ ਲਾਗੇ ਸੀ, ਠੀਕ ਹੈ, ਦੋ ਕੈਂਪ ਸੀ, ਇੱਧਰ ਦੁਨੀਆ ਇੱਧਰ ਹੀ ਆਈ, ਫਿਰ ਇੱਧਰ ਆਈ, ਠੀਕ। ਤੁਸੀਂ ਫਿਰ ਕਿਹੜੇ ਕੈਂਪ 'ਚ ਗਏ, ਨਰਾਲੇ ਵਾਲੇ? ਅਸੀਂ ਨਰਾਲੇ ਵਾਲੇ, ਅਤੇ ਉੱਥੇ ਕਿੰਨੀ ਦੇਰ ਬੈਠੇ ਰਹੇ? ਮਹੀਨਾ ਖੰਡ ਬੈਠੇ ਰਹੇ, ਤੇ ਖਾਣ ਪੀਣ ਦਾ ਕਿਵੇਂ ਸਰਦਾ ਸੀ? ਭੁੱਖੇ ਨੰਗੇ ਕਿਤੋਂ ਲੱਭ ਗਿਆ, ਕਿਤੋਂ ਲੱਭ ਗਿਆ, ਕਿਤੋਂ ਨਾ ਲੱਭਿਆ? 2 ਮਹੀਨੇ ਰੋਟੀ ਨਹੀਂ ਖਾਧੀ। ਬਸ ਇੱਦਾਂ ਕੋ ਪੱਤੇ ਖਾ ਲਏ ਜਾਂ ਕੋਈ ਵੀ ਹੱਥ 'ਚ ਸ਼ੈਲ? ਇਹਦੇ ਲਈ ਕਹਾਣੀ ਸੁਣਾ, ਜੋ ਅਸੀਂ ਲਾਹੌਰ ਆਏ ਨਾ, ਅੱਛਾ, ਪਹਿਲਾਂ ਬਿਆਸੇ ਦੀ ਰਾਤ ਆਏ ਤਾਂ ਉੱਥੇ ਨੀ ਮੋਹਰੇ ਬਹਾੜੇ ਆ ਗਏ ਸਨ, 4-5 ਦਿਨ ਮੀਂਹ ਪੈਂਦਾ ਰਿਹਾ, ਖੜੇ ਰਹੇ, ਕੋਈ ਮਰ ਗਏ ਜੀ ਵਿੱਚੋਂ ਜੀਂਦੇ ਰਹੇ, ਉੱਥੋਂ ਨਿਕਲਿਆ ਟਰੱਕ ਗਏ ਲੈਣ ਪਿੱਛੇ ਨੂੰ, ਅੱਛਾ, ਪਿੱਛੇ ਪਾਣੀ ਆਇਆ ਸੀ, ਬਿਆਸਾ ਚੜਿਆ ਸੀ, ਉੱਥੋਂ ਮੁੜਿਆ, ਉਹ ਵਿੱਚ ਕਹਿੰਦੇ ਸਾਨੂੰ ਬਿਆਸਾ ਬਹੁਤ ਚੜਿਆ ਸੀ, ਬੁੜੇ ਸਾਨੂੰ ਚੱਕ ਕੇ ਵਿੱਚ ਮਾਰਿਆ ਗੱਡੀ ਦੇ, ਉਹ ਟਰੱਕ ਖਾਲੀ ਸੀਗੇ, ਠੀਕ, ਲਾਹੌਰ ਲੈ ਆਇਆ, ਲਾਹੌਰ ਇੱਕ ਰਿਸ਼ਤੇਦਾਰ ਸੀ ਉਹਦੇ ਚੱਲ ਗਏ, ਉੱਥੇ ਰਾਤ ਰਹੇ, ਠੀਕ ਹੈ, 2 ਦਿਨ ਉੱਥੋਂ ਵਿੱਚ ਤੁਰ ਪਏ, ਗੱਡੀ ਕੋਲਿਆਂ ਵਾਲੀ ਉਹ 'ਚ ਬਹਿ ਗਿਆ, ਅੱਛਾ, ਕੋਲਿਆਂ ਵਾਲੀ ਗੱਡੀ 'ਚ, ਕੋਲਿਆਂ ਵਾਲੀ ਗੱਡੀ 'ਚ, ਆ ਜੀ ਜਗ੍ਹਾ ਲੱਭੀ ਜਿੱਥੇ ਵੀ ਨਿਕਲਿਆ, ਪਹਿਲਾਂ ਖਾਨੇ ਵਾਲਾ ਹੀ ਖਾਵਾਂ, ਇੱਥੇ ਆਈ, ਅੱਛਾ, ਇੱਥੇ ਕਿੱਥੇ? ਝੁੰਮਰੇ ਲੈ ਫੈਸਲਾ, ਝੁੰਮਰੇ ਚੱਕ, ਝੁੰਮਰੇ ਆ ਗਈ, ਇੱਥੇ ਫੈਲਾ ਆਈ, ਫਿਰ ਝੁੰਮਰੇ ਗਈ, ਉੱਥੇ ਉੱਥੇ ਨਾ ਝੁੰਮਰੇ ਸੀ, ਸਾਡਾ ਇੱਥੇ ਪਿੰਡ ਲਾਗੇ ਤਲਵੰਡੀ, ਤਲਵੰਡੀ 'ਚ ਨਾ ਹੋਵੇ, ਇੱਥੇ ਜਾਣਾ ਸੀ, ਠੀਕ ਹੈ, ਫਿਰ ਉੱਥੇ ਗਏ ਸੀ, ਸਾਨੂੰ ਰਾਹ ਦੀ ਗੱਲ, ਜਦੋਂ ਤੁਰ ਪੈਣਾ ਝੁੰਮਰੇ ਸੀ, ਇੱਕ ਜੰਗਲੀਆ ਮੁੰਡਾ ਪਾਣੀ ਲਾਵੇ, ਅੱਛਾ, ਪਾਣੀ ਲਾਵੇ ਤਾਂ ਸਾਡੇ ਬੜੇ ਨੇ ਕਹਾਂਗਾ ਵੀ ਜੇ ਕਹਾਂ ਤਾਂ ਮੈਂ ਲੱਸੀ ਨਾ ਬਣਾਵਾਂ ਤੁਹਾਨੂੰ, ਉਹ ਲਾਗੇ ਰਹਿੰਦੇ ਉੱਦਾਂ ਕੰਗ ਸਾਦੇ ਆ, ਉਹ ਪੰਜਾਬੀ ਪਿੰਡ ਦੇ ਲਾਗੇ ਲੱਸੀ ਸਾਦੀ, ਉਹ ਕਹਾਂਗਾ ਤੇਰੀ ਮਰਜ਼ੀ ਆ, ਲੱਸੀ ਲਿਆ ਅਤੇ ਇੱਕ ਲਿਆ ਰੋਟੀ, ਉਹ ਅੱਛਾ, ਅਸੀਂ ਜੀ ਸੀ ਉਹਲੇ 4 ਅਸੀਂ, 5ਵੀਂ ਸਾਡੀ ਭੈਣ, 2 ਬੜਾ ਬੁੜੀ, ਚਾਚੇ ਨਾਲ ਹਾਂ ਸੀ, ਲੈ ਵੀ ਇੱਕ ਇੱਕ ਬੁਰਕੀ ਸਾਡੇ ਮੂੰਹ 'ਚ ਪਾਈ, ਨਹੀਂ ਨੰਗੀ ਨੰਗੀ ਨਹੀਂ ਗਾ, ਨੰਗੀ ਨਹੀਂ, ਲੱਸੀ ਦਾ ਗੁੱਟ ਵੀ ਨੰਗਿਆ, ਮੁੰਡਾ ਰੋਣ ਲੱਗ ਪਿਆ, ਉਹਦਾ ਮੁੜ ਕੇ ਲੈ, ਫਿਰ ਘਰ ਗਏ ਨਾ, ਜਦੋਂ ਜਿਹਦੇ ਘਰ ਜਾਣਾ ਸੀ ਘਰ ਗਏ, ਮਾਈ ਬੈਠੀ, ਪਿਆਰ ਪੂਰ ਕੀਤਾ, ਕਹਿੰਦੀ ਨਿਆਣਾ ਕੁਛ ਨਹੀਂ ਦੇਣਾ, ਮੈਂ ਦਊਂਗੀ, ਉਹ ਚਮਚੀ ਨਾਲ ਸਾਡੇ ਮੂੰਹ 'ਚ ਘੇਰ ਪਾਉਂਦੀ ਸੀ, ਦੁੱਧ ਚਲਾ ਲਾ, 5-7 ਦਿਨ ਪਾ ਕੇ ਫਿਰ ਸਾਡੇ ਲੰਘਣ ਲੱਗੇ, ਓਏ ਹੋਏ ਇਹ ਹਾਲ, ਐਸਾ ਵੇਲਾ ਐਸਾ ਟਾਈਮ ਦੇਖਿਆ ਤੁਸੀਂ? ਅਸੀਂ ਮੈਂ ਦੇਖਿਆ ਟਾਈਮ, ਬਾਬਾ ਜੀ ਨਹੀਂ ਠੀਕ ਹੈ, ਤੁਸੀਂ ਜੋ ਦੱਸਿਆ ਦੱਸਣਾ ਸੀ ਤੁਸੀਂ ਦੱਸ ਦਿੱਤਾ, ਤੇ ਬਾਬਾ ਜੀ ਮੈਨੂੰ ਇਹ ਦੱਸੋ ਵੀ ਇਹ ਠੀਕ ਹੈ ਜੋ ਵਾਕਿਆ ਹੋਇਆ, ਉੱਠ ਕੇ ਆ ਗਏ ਸਾਰਾ ਕੁਛ, ਉਸ ਤੋਂ ਪਹਿਲਾਂ ਤਾਂ ਬੜੇ ਅਮਨ ਅਮਾਨ ਨਾਲ, ਬੜੇ ਸਕੂਨ ਨਾਲ, ਬੜੀਆਂ ਮੁਹੱਬਤਾਂ ਨਾਲ ਰਹਿੰਦੇ ਸੀ?
ਸਿੱਖ ਤੇ ਸਾਡੇ ਕੋਲ ਬੁੜਿਆਂ ਸ਼ਰਾਬਾਂ ਪੀਂਦੇ, ਪੋਚ ਖਾਂਦੇ ਮੋਟਾ, ਇੰਨਾ ਪ੍ਰੇਮ ਸੀ ਉਹਨਾਂ ਦਾ, ਪ੍ਰੇਮ ਸੀ ਬਹੁਤ। ਬਸ ਫਿਰ ਹਿੰਦੂਆਂ ਨੇ ਐਸੇ। ਅੱਛਾ, ਜੇ ਅੱਜ ਕਦੀ ਤੁਹਾਨੂੰ ਜਾਣ ਦਾ ਮੌਕਾ ਮਿਲੇ, ਤੁਹਾਡਾ ਪਿੰਡ ਦੇਖਣ ਦਾ ਮੌਕਾ ਮਿਲੇ, ਪਛਾਣ ਲੋਗੇ? ਸਾਡਾ ਚਾਚਾ ਗਿਆ ਇੱਕ ਵਾਰੀ। ਅੱਛਾ, ਇੱਥੋਂ ਮਲ ਗਿਆ ਸੀ ਹਮੀਦ, ਖੁਦ ਵੀ ਗਿਆ, ਮਲ ਗਿਆ ਸੀ, ਇਹਨਾਂ ਸ਼ਾਮੀ ਸਾਹਿਬ ਜਿਹੜੇ ਰੋਜ਼ਾ ਨਾ ਉਹ ਛੇਕ ਜਾਂਦੇ ਫੈਜ਼ਲਾਬਾਦ ਨੂੰ ਸਾਲ ਵਿੱਚੋਂ, ਉਹਨੇ ਨਾਲ ਮੇਰਾ ਵੀਜ਼ਾ ਬਣਾ ਲਿਓ। ਸਹੀ, ਉਹ ਫਿਰ ਨਾਲ ਤੁਸੀਂ ਅੰਕਲ ਜੀ ਗਏ ਸੀਗੇ ਉੱਥੇ? ਮੈਂ 71 ਦੇ ਵਿੱਚ ਗਿਆ ਸੀ। ਠੀਕ ਹੈ, ਅਤੇ ਤੁਸੀਂ ਵੀ? ਇੱਕ ਫੌਜੀ ਸੀ, ਇੰਡੀਅਨ ਕਰਨਲ ਸੀ, ਉਹਦੇ ਨਾਲ ਰਾਬਤਾ ਹੋਇਆ। ਉਹ ਮੈਨੂੰ, ਮੈਂ ਉਹਦੇ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਮੈਂ ਆਪਣਾ ਪਿੰਡ ਦੇਖਣਾ ਚਾਹੁੰਦਾ। ਉਹ ਮੈਨੂੰ ਕਹਿਣਗਾ ਬੜੀ ਮੁਸ਼ਕਿਲ, ਪਾਕਿਸਤਾਨ ਰਹਿ ਕੇ ਰਾਬਤਾ ਹੋਇਆ ਸੀ ਤੁਹਾਡਾ? ਪਾਕਿਸਤਾਨ ਰਹਿ ਕੇ। ਠੀਕ ਹੈ। ਉਹ ਮੈਨੂੰ ਕਹਿਣਗੇ ਕਿ ਇੱਕ ਤਰੀਕੇ ਨਾਲ ਜਾ ਸਕਦਾ ਕਿ ਤੂੰ, ਅਸੀਂ ਤੈਨੂੰ ਆਪਣੀ ਵਰਦੀ ਦੇਈਏ, ਉਹ ਵਰਦੀ ਤੂੰ ਪਾ ਕੇ ਗੱਡੀ 'ਚ ਬਹਿ, ਕਿਸੇ ਬੰਦੇ ਨਾਲ ਗੱਲ ਨਹੀਂ ਕਰਨੀ, ਅਤੇ ਅਸੀਂ ਤੈਨੂੰ ਤੇਰੇ ਪਿੰਡ ਲੈ ਜਾਵਾਂਗੇ ਜਿੱਥੇ ਤੂੰ ਕਹਾਂਗਾ। ਮੈਂ ਉੱਥੇ ਪਿੰਡ ਗਿਆ ਇੰਜੀ ਵਰਦੀ ਪਾ ਕੇ। ਹਾਂ, ਉਹਨਾਂ ਦੀ ਵਰਦੀ ਪਾ ਕੇ। ਠੀਕ ਹੈ। ਉਹਨਾਂ ਦੀ ਵਰਦੀ ਪਾਈ, ਪਿੰਡ ਗਿਆ, ਪਿੰਡ ਆਪਣਾ ਦੇਖਿਆ, ਉਹਨਾਂ ਦੇ ਵਿੱਚੋਂ ਬਾਕੀ ਸਾਰੇ ਢਾਹ ਢੂਹ ਦਿੱਤੇ ਸੀ। ਤਿੰਨ ਜਗ੍ਹਾ 'ਤੇ ਮਕਾਨ ਹਜੇ ਵੀ ਉਹ ਕਾਇਮ ਆ, ਫਿਲਹਾਲ ਹੁਣ ਵੀ ਕਾਇਮ। ਅੱਛਾ, ਉਹ ਤੁਹਾਡਾ ਮਕਾਨ ਹਜੇ ਵੀ ਕਾਇਮ ਆ? ਨਹੀਂ, ਸਾਡਾ ਮਕਾਨ ਨਹੀਂ ਸੀ, ਉਹ ਸਾਡੇ ਚਾਚਾ ਹੀ ਲੱਗਦਾ ਸੀ। ਠੀਕ ਹੈ। ਉਹਦਾ ਕੋਠੀ ਸੀਗੀ, ਉਹ ਖੜੀ ਆ, ਆਪਣੀ ਹੋ ਗਈ। ਚਲੋ, ਹਾਂ ਆਪਣੀ। ਤਾਂ ਹੋਰ 3 ਮਕਾਨ ਹੋਰ ਆ, ਉਹ ਵੀ ਹੈਗੇ, ਉਹ ਫਿਲਹਾਲ ਹੁਣ ਵੀ ਹੈਗੇ। ਕਿਆ ਬਾਤ ਹੈ ਜੀ। ਅਤੇ ਦੂਸਰਾ, ਕੋਈ ਬੰਦਾ ਸਾਡੇ ਮਤਲਬ ਪਹਿਚਾਨਣ ਦੇ ਵਿੱਚ ਹੁਣ ਨਹੀਂ ਆਏ, ਕੋਈ ਸਿਆਣੇ ਸੀਗੇ ਬੰਦੇ ਜਿਹੜੇ ਮਰ ਮੁਰ ਗਏ ਸੀ। ਫਿਰ ਅਸੀਂ ਸਿੱਖਾਂ ਦੇ ਘਰੋਂ ਰੋਟੀ ਖਾਧੀ ਹੈ, ਮੱਕੀ ਦੀ ਰੋਟੀ ਆਈ ਆ, ਸਾਗ ਦੇ ਨਾਲ। ਚਾਹ ਚੰਗਾ ਕੀਤਾ ਹੋਣਾ ਸਾਰਿਆਂ ਨੇ ਤੁਹਾਡਾ। ਨਾਮ ਕੋਈ ਦੱਸ ਸਕਦੇ ਉਹਨਾਂ ਦੇ, ਉਹਨਾਂ ਨੇ ਤੁਹਾਡੇ ਨਾਲ ਮਤਲਬ ਜਿਹਨਾਂ ਨੇ? ਨਾ, ਮੈਨੂੰ ਹੁਣ ਉਹਨਾਂ ਦੇ ਨਹੀਂ ਆਉਂਦੇ। ਠੀਕ ਹੈ। ਹੈਂ, ਬੜੀ ਦੇਰ ਹੋ ਗਈ, ਭੁੱਲ ਭੱਲ ਵੀ ਗਏ। ਅਤੇ ਇਹ ਹੈ ਕਿ ਉਹ ਜਿਹੜੇ ਸਿੱਖ ਹੁੰਦੇ ਸੀ ਪਹਿਲੇ, ਜਦੋਂ ਅਸੀਂ ਉੱਥੇ ਰਹਿੰਦੇ ਹੁੰਦੇ ਸੀ, ਤਾਂ ਉਹ ਗੋਸ਼ਤ ਨਹੀਂ ਸੀ ਖਾਂਦੇ ਹੁੰਦੇ ਸਿੱਖ, ਲੇਕਿਨ ਸੁੱਖ ਉਹ ਗੋਸ਼ਤ ਜਿਹੜਾ ਆ ਕੇ ਉਹ ਸਾਡੇ ਘਰਾਂ 'ਚੋਂ ਆ ਕੇ ਖਾਂਦੇ ਹੁੰਦੇ ਸੀ। ਠੀਕ ਹੈ। ਫਿਰ ਉਹ ਇੱਕ ਦੂਸਰੇ ਨੂੰ ਇਹ ਵੀ ਕਹਿੰਦੇ ਹੁੰਦੇ ਸੀ ਵੀ ਤੂੰ ਮੇਰੇ ਭਾਈ ਨੂੰ ਨਹੀਂ ਦੱਸਣਾ, ਦੂਸਰੇ ਨੇ ਆਉਣਾ ਤਾਂ ਉਹਨੇ ਹੀ ਖਾ ਜਾਣਾ। ਉਹਨੇ ਵੀ ਇਹੀ ਗੱਲ ਕਹਿਣੀ ਵੀ ਮੇਰੇ ਭਾਈ ਨੂੰ ਨਹੀਂ ਦੱਸਣਾ, ਅਤੇ ਸਾਰੇ ਖਾਂਦੇ ਸਾਰੇ ਹੁੰਦੇ ਸੀ। ਲੇਕਿਨ ਸਿੱਖਾਂ ਨਾਲ ਪਿਆਰ ਹੁੰਦਾ ਸੀ, ਕੰਮ ਕਰਦੇ ਹੁੰਦੇ ਸੀ, ਜ਼ਿਆਦਾ ਚਮਾਰ ਫੈਮਿਲੀ ਜ਼ਿਆਦਾ ਸਾਡੇ ਕੋਲ ਹੁੰਦੀ ਸੀ, ਜਿਹੜੀ ਉਹ ਸਾਡੇ ਕੰਮ ਕਰਦੀ ਹੁੰਦੀ ਸੀ। ਅਸੀਂ ਉਹ ਕਮਾਕ ਮੂੰਹ ਪੀੜਦੇ ਹੁੰਦੇ ਸੀ, ਚੋ ਚੋਕਦੇ ਹੁੰਦੇ ਸੀ, ਅਤੇ ਮਤਲਬ ਉਹ ਜ਼ਿਆਦਾ ਕੰਮ ਉਹ ਚਮਾਰ ਕਰਦੇ ਹੁੰਦੇ ਸੀ। ਇੱਕ ਸਿੱਖ ਜਿਹੜੇ ਹੁੰਦੇ ਸੀ ਤਾਂ ਮਤਲਬ ਇੱਦਾਂ ਹੀ ਸੀ, ਕਾਰੋਬਾਰ ਵੀ ਇਹਨਾਂ ਦੇ ਇੱਦਾਂ ਦੇ ਸੀ, ਹੈਂ ਜ਼ਿਮੀਦਾਰ ਦੇ। ਹਾਂ, ਜਿਹੜੀ ਚਮਾਰ ਫੈਮਿਲੀ ਸੀ ਨਾ, ਇਹ ਕੰਮ ਕਰਦੀ ਹੁੰਦੀ ਸੀ ਸਾਰੇ ਕੰਮ। ਠੀਕ ਹੈ। ਕਹਿੰਦਾ ਜੀ ਗਏ ਉੱਥੇ ਦਰਬਾਰ 'ਤੇ, ਖਤਮ ਦੋਇਆ, ਚਮਾਰ ਵੀ ਆਏ ਸਾਡੇ ਪਿੰਡ ਦੇ, ਉਹਨੇ ਤਾਂ ਪਛਾਣ ਹੀ ਲੈਣਾ ਸੀ ਜੀ, ਧਾਮੀਆਂ ਦੇ ਸਿੱਖ ਵੀ ਆਏ। ਠੀਕ ਹੈ। ਜਦੋਂ ਚੌਲ ਬਣਨ ਲੱਗੇ ਨਾ, ਖਾਣ ਲੱਗੇ ਉਹਨਾਂ ਪਾ ਕੇ, ਸਿੱਖਾਂ ਦੇ ਮੁੰਡੇ ਧਾਮੀਆਂ ਦੇ ਮੁੰਡੇ ਸਾਡੇ ਪਿੰਡ 'ਚ ਮਾਰਾ ਨੇ ਬੁੱਕ ਭਰ ਕੇ ਵੀ ਖਾਲੀ ਪਾ ਦਿੱਤਾ, ਉਹ ਨਹੀਂ ਬੋਲਿਆ। ਠੀਕ ਹੈ। ਅਤੇ ਉਹਨੇ ਦੱਸਿਆ ਕਿ ਹੁਣ ਇੱਦਾਂ ਠੋਕੇ ਹੋਇਆ ਸੀ, ਹੁਣ ਨਹੀਂ ਕੁਛ ਦੱਸਿਆ ਜਗਾ ਕਿ ਉਹ ਭਾਂਡੇ ਖਾਲੀ ਦਾ। ਸਹੀ ਹੈ। ਫਿਰ ਮੈਂ ਕਿਹਾ ਮੈਂ ਹੁਣ ਜਾਣਾ ਪਿੰਡ ਨੂੰ ਆਪਣੇ, ਮਾਰੇ ਮੁੰਡੇ ਕਹਿੰਦੇ ਚੱਲ ਆ ਚੱਲੀ। ਇੱਕ ਸਿੱਖ ਸਾਡੇ ਪਾਲੀ ਵਾਲ ਪਿੰਡ 'ਚ ਉੱਥੇ ਆਇਆ ਸੀ। ਠੀਕ ਹੈ। ਕਾਣਿਆਂ ਦਾ, ਕਾਣਿਆਂ ਦਾ। ਅੱਛਾ, ਉਹ ਆਇਆ ਸੀ, ਉਹ ਕਹਿੰਦਾ ਵੀ ਮੇਰੇ ਨਾਲ ਚੱਲ। ਜਿਹੜਾ ਸਾਡੇ ਪਿੰਡ ਸਿੱਖ ਬੈਠਾ ਸੀ ਨਾ, ਧਾਮੀਆਂ ਦਾ ਮੁੰਡਾ ਕਹਿੰਦਾ ਸਾਡੇ ਨਾਲ ਚੱਲ। ਅੱਛਾ। ਮੈਂ ਆਪਣੇ ਕੋਲ ਰੱਖਣਾ, ਕਿਉਂ ਮੈਂ, ਅਸੀਂ ਉਹਦੇ ਨਾਲ ਜੁੜ ਗਏ, ਇਹ ਦਿਨੋਂ ਜੁੜ ਗਏ, ਮੈਂ ਇਹਨਾਂ ਦਾ ਭਰਾ, ਮੇਰੇ ਭਰਾ, ਤੁਸੀਂ ਕੀ ਲੱਗਦੇ ਆ, ਤੁਸੀਂ ਕੱਢੇ, ਤੁਸੀਂ ਇੱਥੋਂ ਕੱਢੇ ਆਇਆ ਨਾ। ਉਹਨੇ ਵੀ ਮੁਹੱਬਤ ਨੇ ਕਿਹਾ ਸੀ, ਮੁਹੱਬਤ ਨੇ ਕਿਹਾ, ਉਹਨੇ ਜਾਣ ਤੋਂ ਰਾਤ ਆਪਣੇ ਕੋਲ ਰੱਖਿਆ, ਸਵੇਰ ਨੂੰ ਫਿਰ ਸ਼ਹਿਰ ਛੱਡ ਗਿਆ। ਸਹੀ। ਬੜਾ ਪਿਆਰ ਕੀਤਾ ਉਹਨੂੰ, ਕਹਿੰਦਾ ਇਹ ਇੱਧਰੋਂ ਉਜੜ ਗਿਆ, ਉਹ ਇੱਧਰੋਂ ਉਜੜ ਗਿਆ, ਤੁਸੀਂ ਅੱਗੇ ਕੋਈ ਨਹੀਂ। ਠੀਕ ਹੈ। ਅੱਛਾ ਚਾਚਾ ਜੀ, ਮੈਨੂੰ ਆਖਰੀ, ਬਸ ਮੈਂ ਤੁਹਾਡੇ ਕੋਲ ਆਖਰੀ ਸਵਾਲ ਕਰਨਾ ਚਾਹਾਂਗਾ ਕਿ ਠੀਕ ਹੈ, ਇੱਕ ਲਹਿਰ ਐਸੀ ਚੱਲੀ ਸੀ ਕਿ ਇਹ ਵਿਛੋੜੇ ਪੈ ਗਏ, ਇਹ ਵੰਡਾਂ ਹੋ ਗਈਆਂ, ਉਸ ਤੋਂ ਪਹਿਲਾਂ ਅਗਰ ਦੇਖਿਆ ਜਾਵੇ ਪੂਰੀ ਹਿਸਟਰੀ, ਕਈ ਸਦੀਆਂ ਤੱਕ ਬੜੇ ਪਿਆਰ ਮੁਹੱਬਤ ਦੇ ਨਾਲ, ਬੜੇ ਅਮਨ ਦੇ ਨਾਲ, ਬੜੇ ਸਕੂਨ ਦੇ ਨਾਲ ਰਹਿੰਦੇ ਆਏ ਆ, ਕੋਈ ਗਿਲਾ ਸ਼ਿਕਵਾ ਨਹੀਂ ਸੀ। ਉਸ ਤੋਂ ਬਾਅਦ ਜਿਹੜੀ ਇੱਕ ਲਹਿਰ ਚੱਲੀ ਆ, ਉਹ ਇੱਧਰੋਂ ਵੀ ਘੱਟ ਨਹੀਂ ਹੋਈ, ਉੱਧਰੋਂ ਵੀ ਘੱਟ ਨਹੀਂ ਹੋਈ, ਸਾਰੇ ਇਸ ਗੱਲ ਨੂੰ ਜਾਣਦੇ ਆ, ਸਾਰੇ ਇਸ ਗੱਲ ਦੇ ਗਵਾਹ ਆ। ਲੇਕਿਨ ਤੁਸੀਂ ਜੋ ਕਿ ਉੱਥੇ ਜਾ ਕੇ ਦੇਖ ਕੇ ਵੀ ਆਏ, ਇੱਕ ਦਿਲ 'ਚੋਂ ਸੱਟ ਵੱਜਦੀ ਹੈ, ਬੰਦਾ ਜਿੱਥੇ ਪੈਦਾ ਹੋਇਆ, ਜਿੱਥੇ ਰਿਹਾ, ਅਤੇ ਫਿਰ ਵੀ ਤੁਸੀਂ ਅੱਜ ਕਿਤੇ ਅਗਰ ਮੌਕਾ ਮਿਲੇ ਕਿ ਦੋਨਾਂ ਪੰਜਾਬਾਂ ਨੂੰ ਗੌਰਮੈਂਟ ਸਾਡੀ ਇਕੱਠੀ ਕਰੇ, ਤਾਂ ਤੁਹਾਨੂੰ ਕੈਸਾ ਲੱਗੇਗਾ?
ਪੰਜਾਬਾਂ ਨੂੰ ਇਕੱਠੇ ਰੱਖਦਾ ਬਹੁਤ ਅੱਛਾ ਲੱਗੇਗਾ, ਲੇਕਿਨ ਉਹ ਲੋਕ ਜਿਹੜੇ ਹੈਗੇ ਉਹ ਬਹੁਤ ਪਿਆਰ ਕਰਦੇ ਆ ਜਿਹੜੀਆਂ ਤਕਰੀਬਨ ਜਿੰਨੇ ਵੀ ਆ ਬਾਕੀ ਸਾਰੀ ਜਿੰਨੀ ਵੀ ਰਿਲੇਸ਼ਨ ਉਹਨਾਂ ਦੀ ਹੈਗੀ ਨਾ। ਤੁਸੀਂ ਸਿਰਫ ਪੰਜਾਬੀਆਂ ਦੇ ਨਾਮ ਕਰੋ, ਪੰਜਾਬੀ ਚੈਨਲ ਆ, ਪੰਜਾਬੀਆਂ ਬਾਰੇ ਕਹੋ ਜੋ ਕਹਿਣਾ। ਪੰਜਾਬੀ ਬਹੁਤ ਅੱਛਾ ਮਤਲਬ ਬਿਹੇਵੀਅਰ ਹੋਗਾ, ਬਹੁਤ ਅੱਛਾ। ਅਗਰ ਦੋਨਾਂ ਪੰਜਾਬ ਅਗਰ ਰਲ ਜਾਂਦੇ ਆ ਤੁਹਾਨੂੰ ਕਿਹਦਾ ਲੱਗਦਾ? ਬਹੁਤ ਅੱਛਾ ਹੈ, ਸਹੀ, ਬਹੁਤ ਹੀ ਅੱਛਾ। ਹਾਂਜੀ ਲਓ ਜੀ, ਠੀਕ ਹੈ, ਇਹ ਗੱਲ ਹੋ, ਮੈਂ ਦੱਸਣ ਲੱਗਾ। ਮੈਂ ਚਲ ਗਿਆ ਸੁਧਿਆ ਉਮਰਾਗੰਜ, ਅੱਛਾ, ਉੱਥੇ ਇੱਕ ਮੁੰਡਾ ਮਿਲਿਆ ਮੈਨੂੰ, ਇਸ ਮੁੰਡੇ ਦੀ ਉਮਰ ਦਾ। ਮੈਂ ਇੱਦਾਂ ਬੈਠਾ ਹਾਂ, ਮੇਰਾ ਬੱਚਾ ਉੱਥੇ ਕੰਮ ਕਰਵਾਉਂਦਾ ਜੀ, ਬਾਹਰ ਮੈਂ ਬੈਠਾ ਤਾਂ ਉਹ ਆ ਕੇ ਨਾ ਮੇਰੇ ਕੋਲ ਬਹਿ ਗਿਆ। ਮੁੰਡੇ ਮੈਨੂੰ ਆਉਂਦੇ ਉਹਨੇ ਪੈਸਾ ਪਾਣੀ ਪੀਣਾ, ਸਿਗਰਟ ਲਿਆਈਏ, ਬੋਲਾਂ ਜੀ ਇੱਦਾਂ। ਉਹ ਜੋ ਚੱਲ ਗਿਆ ਕਹਿੰਦਾ ਭਾਰਤ ਕਿੱਥੋਂ ਆਇਆ? ਮੈਂ ਫੈਜ਼ਾਬਾਦ, ਮੈਂ ਹਿੰਦੁਸਤਾਨ ਦਾ, ਤੁਸੀਂ ਦੱਸਦਾ ਕਿ ਮੈਂ ਹਿੰਦੁਸਤਾਨ ਦਾ, ਸਹੀ ਹੈਗਾ ਪੰਜਾਬ ਦਾ, ਪੰਜਾਬ ਦਾ। ਮੈਂ ਕਿਹਾ ਕਿੰਨੇ ਪਿੰਡ ਸਾਡੇ ਉੱਥੇ ਪੰਜਾਬ 'ਚ? ਕਹਿੰਦਾ ਪੰਜਾਬ 'ਚ ਸਾਡੇ 7 ਪਿੰਡ ਆ ਇਕੱਠੇ, ਅਤੇ ਇੰਨਾ ਸਾਡਾ ਪ੍ਰੇਮ ਆ, ਸਾਨੂੰ ਕੋਈ ਤੰਗੀ ਨਹੀਂ ਕਿਸੇ ਕਿਸੇ ਨੂੰ, ਇੱਕ ਤੰਗੀ ਆ ਉਹ ਗੋਸ਼ ਨਹੀਂ ਕਰਦੇ ਮੋਟਾ ਘਰ ਸੀ ਉਹ ਵੀ ਲਈਦਾ। ਮੈਂ ਉਹ ਕਿੱਦਾਂ ਕਰਦੇ ਹਾਂ ਸੱਤਾਂ ਪਿੰਡਾਂ ਮੂੰਹ ਨੂੰ ਨਹੀਂ ਕੱਢਦੇ? ਕਹਿੰਦਾ ਸੀ ਬਰਾਤ ਆਉਣੀ ਹੋਵੇ ਨਾ ਸਿਰੀ ਬਿਲਕੁਲ ਨਹੀਂ ਖਵਾਉਂਦੇ, ਇਸ ਖਾਲ ਦੱਬ ਦੇਣੀ ਗੋਸ਼ ਬਰਾਤ ਨੂੰ ਖਵਾ ਦੇਣਾ। ਸਹੀ ਹੈ, ਕਹਿੰਦਾ ਹੁਣ ਵੀ ਸਾਡਾ ਬਹੁਤ ਇਹ ਗੱਲ ਹੈ, ਬਹੁਤ ਇਹ ਗੱਲ ਹੈ। ਕਹਿੰਦਾ ਠੀਕ ਹੈ, ਮੇਰਾ ਬਹੁਤ ਦੋਸਤ ਕਹਿੰਦੇ ਆ ਮੇਰੇ ਕੋਲ, ਕਹਿੰਦਾ ਸਾਡਾ ਬੜਾ ਪ੍ਰੇਮ ਆ, ਸਾਡਾ ਕੰਮ ਪਹਿਲੋਂ ਕਰ ਦਿਓ ਸੱਤਾਂ ਪਿੰਡਾਂ ਦਾ, ਹਕੂਮਤ ਜਿਹੜੀ ਆ ਬਾਕੀ ਬਾਅਦ 'ਚ ਕਰ ਦਿਓ। ਸਹੀ, ਜ਼ਬਰਦਸਤ। ਜਿਹੜਾ ਸਵਾਲ ਹੈ ਉਹ ਇਹੀ ਹੈ ਕਿ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਇਸ ਟਾਈਮ ਤੁਹਾਨੂੰ ਪੂਰੀ ਦੁਨੀਆ 'ਚ ਦੇਖਿਆ ਜਾ ਰਿਹਾ, ਜਿੱਥੇ ਜਿੱਥੇ ਪੰਜਾਬੀ ਬੈਠਾ ਤੁਹਾਨੂੰ ਦੇਖ ਰਿਹਾ, ਤੁਸੀਂ ਸਾਰੇ ਪੰਜਾਬੀ ਜਿਹੜੇ ਇਸ ਇਹ ਪੀੜ੍ਹੀ ਚੱਲ ਰਹੀ ਆ, ਆਉਣ ਵਾਲੀ ਪੀੜ੍ਹੀ, ਇਹਨਾਂ ਸਾਰਿਆਂ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ? ਅਸੀਂ ਤਾਂ ਇਹ ਪੈਗਾਮ ਦੇਣਾ ਚਾਹੁੰਦੇ ਹਾਂ ਕਿ ਮਤਲਬ ਆਪਸ ਵਿੱਚ ਹੀ ਪਿਆਰ ਮੁਹੱਬਤ ਸਲੂਕ ਨਾ, ਇੱਕ ਦਿਨ ਇਨਸਾਨੀਅਤ ਦਾ ਮਰਾਤਮਾ ਮੁਕਾਮ ਹੀ ਇਹ ਹੈਗਾ ਕਿ ਇੱਕ ਦੂਸਰੇ ਨੂੰ ਇਨਸਾਨੀਅਤ ਦਾ ਖਾਕ ਕਿਸੇ ਮਜ਼ਹਬ ਦਾ ਵੀ ਹੈ, ਹਾਂਜੀ, ਉਹਨੂੰ ਪਿਆਰ ਮੁਹੱਬਤ ਦੇ ਨਾਲ ਸਲੂਕ ਨਾ, ਇਕੱਠਿਆਂ ਇੱਕ ਦੂਜੇ ਦਾ ਇਹਤਰਾਮ ਕਰਨਾ ਚਾਹੀਦਾ। ਜੀ ਜੀ ਬਿਲਕੁਲ ਜੀ, ਅਤੇ ਬਿਲਕੁਲ ਜੀ ਇਸੇ ਤਰ੍ਹਾਂ ਹੀ ਆ, ਕਿਉਂਕਿ ਇਨਸਾਨੀਅਤ ਸਭ ਤੋਂ ਵੱਡਾ ਮਜ਼ਹਬ ਹੈ। ਔਰ ਮੈਂ ਇਸ ਟਾਈਮ ਪ੍ਰੋਗਰਾਮ ਵਾਇੰਡ ਅਪ ਕਰਦੇ ਹੋਏ ਇੰਨਾ ਹੀ ਕਹਿਣਾ ਚਾਹਾਂਗਾ ਕਿ ਸਾਡੇ ਵੀਰ ਭਰਾ ਜਿੱਥੇ ਜਿੱਥੇ ਵੀ ਸਾਨੂੰ ਦੇਖ ਰਹੇ ਆ, ਸੁਣ ਰਹੇ ਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੇ ਵਾਸਤੇ ਕੋ ਅਜਿਹੇ ਕਮੈਂਟਸ ਦਿੰਦੇ ਆ ਜਿਹਦੇ ਨਾਲ ਜਿਨ੍ਹਾਂ ਦੇ ਰਾਹੀਂ ਅਸੀਂ ਆਪਣੇ ਆਪ ਨੂੰ ਸਵਾਰਦੇ ਹਾਂ, ਜਿਨ੍ਹਾਂ ਦੇ ਰਾਹੀਂ ਸਾਨੂੰ ਵੀ ਖੁਸ਼ੀ ਮਿਲਦੀ ਹੈ। ਤੁਹਾਡਾ ਬਹੁਤ ਸ਼ੁਕਰੀਆ ਤੁਹਾਡੇ ਲਾਈਕਸ ਦਾ, ਤੁਹਾਡੇ ਕਮੈਂਟਸ ਦਾ, ਵਿਊਜ਼ ਦਾ। ਆਇਆ ਇਸੇ ਤਰ੍ਹਾਂ ਹੀ ਸਾਡੇ ਚੈਨਲ ਦੇ ਨਾਲ ਜੁੜੇ ਰਹੋ, ਇਨਸ਼ਾਅੱਲਾ ਤਾਲਾ ਤੁਹਾਡੇ ਨਾਲ ਅਸੀਂ ਅਨੇਕ ਬਜ਼ੁਰਗਾਂ ਦੇ ਵਿਚਾਰ ਸਾਂਝੇ ਕਰਦੇ ਰਹਾਂਗੇ। ਅਤੇ ਮੈਨੂੰ ਇਕਬਾਲ ਖਾਨ ਰਾਜਪੂਤ ਅਤੇ ਬਾਈ ਨਾਸਰ ਕਸਾਣਾ ਜੀ ਨੂੰ ਸਾਨੂੰ ਇਜਾਜ਼ਤ ਦਿਓ, ਇਨਸ਼ਾਅੱਲਾ ਫਿਰ ਕਿਸੇ ਨਵੇਂ ਪ੍ਰੋਗਰਾਮ 'ਤੇ ਤੁਹਾਡੇ ਨਾਲ ਮੁਲਾਕਾਤ ਹੋਏਗੀ। ਰੱਬ ਰਾਖਾ ਜੀ।